ਤੇ ਇਲੈਕਸ਼ਨਾਂ ਦੇ ਵਿੱਚ ਖੜੇ ਖੜੇ ਹੋ ਤੁਸੀਂ? ਹਾਂਜੀ ਮੈਂ ਖੜਾ ਜੀ। ਹਾਂਜੀ ਨਹੀਂ ਇਲੈਕਸ਼ਨਾਂ ਦੇ ਵਿੱਚ ਕਹਿ ਰਿਹਾ ਮੈਂ, ਇਲੈਕਸ਼ਨਾਂ 'ਚ ਖੜਾ ਜੀ ਮੈਂ, ਚੋਣ ਹੈ ਟੈਂਪੂ ਟੈਂਪੂ ਭਾਜੀ। ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਡੇਲੀ ਡੋਜ਼ ਟੀਵੀ ਚੈਨਲ ਦੇ ਉੱਤੇ ਸਵਾਗਤ ਕਰਦੇ ਆ ਤੇ ਮੇਰੇ ਨਾਲ ਨੇ ਨੀਟੂ ਸ਼ਟਰਾਂ ਵਾਲੇ। ਇਹ ਇਲੈਕਸ਼ਨਾਂ ਦੇ ਵਿੱਚ ਜਲੰਧਰ ਦੇ ਵਿੱਚ ਅਸੀਂ ਖੜੇ ਆ ਤੇ ਇਲੈਕਸ਼ਨਾਂ ਦੇ ਵਿੱਚ ਖੜੇ ਖੜੇ ਹੋ ਤੁਸੀਂ? ਹਾਂਜੀ ਮੈਂ ਖੜਾ ਜੀ। ਹਾਂਜੀ ਨਹੀਂ ਇਲੈਕਸ਼ਨਾਂ ਦੇ ਵਿੱਚ ਕਹਿ ਰਿਹਾ ਮੈਂ, ਨਹੀਂ ਇਲੈਕਸ਼ਨਾਂ 'ਚ ਖੜਾ ਜੀ ਮੈਂ, ਚੋਣ ਹੈ ਟੈਂਪੂ ਟੈਂਪੂ ਭਾਜੀ। ਸੋਰੀ ਆਟੋ ਰਿਕਸ਼ਾ, ਸੋਰੀ ਤੁਸੀਂ ਟੈਂਪੂ ਦਾ ਕੀ ਮਤਲਬ ਹੈ? ਨਹੀਂ ਨਹੀਂ ਆਟੋ ਰਿਕਸ਼ਾ ਪੰਜਾਬੀ ਵਿੱਚ ਉਹਨੂੰ ਕਹਿੰਦੇ ਜਿਹਨੂੰ ਟੈਂਪੂ ਟੈਂਪੂ ਦੇ ਮੋੜਾ ਲਾ ਕੇ ਟੈਂਪੂ ਨੂੰ ਆਟੋ ਰਿਕਸ਼ਾ ਨੂੰ ਕਾਮਯਾਬ ਕਰਨਾ, ਤੁਸੀਂ ਟੈਂਪੂ ਦੇ ਮੋੜਾ ਲਾ ਕੇ। ਵਰਦੀ ਭਾਈ ਭਾਜੀ ਤੇ ਹਸਤੀ ਮਾਨ ਜੀ ਭਾਜੀ, ਨਾਲੇ ਤੁਸੀਂ ਕਹਿੰਦੇ ਮੈਂ ਚੋਣਾਂ 'ਚ ਖੜਾ। ਮੈਂ ਚੋਣਾਂ 'ਚ ਖੜਾ, ਮੈਂ ਹਸਤੀ ਮਾਨ ਬਣ ਕੇ ਲੋਕਾਂ ਦੀ ਮਦਦ ਵੀ ਕਰੂੰਗਾ। ਅੱਛਾ ਇਹ ਹਸਤੀ ਮਾਨ ਬਣ ਕੇ ਕਿਉਂ ਕਰੋਗੇ? ਉਦਾਂ ਬਣ ਕੇ ਉਦਾਂ ਨਹੀਂ ਹੁੰਦੀ ਯਾਰ, ਉਦਾਂ ਫਿਰ ਥੋੜ੍ਹਾ ਬੰਦਾ ਕਮਜ਼ੋਰ ਪੈ ਜਾਂਦਾ। ਕਮਜ਼ੋਰ ਕਿਤੋਂ? ਲੱਤਾਂ ਤੋਂ? ਨਹੀਂ ਉਹ ਤਾਕਤ ਨਹੀਂ ਆਉਂਦੀ ਜਿਹੜੀ ਉਹਨਾਂ ਵਿੱਚ ਹੁੰਦੀ ਹੈ। ਅੱਛਾ ਹੁਣ ਤਾਕਤ ਆ ਰਹੀ ਹੈ? ਹੁਣ ਤਾਕਤ ਆ ਰਹੀ ਹੈ, ਇੱਦਾਂ ਹੌਲੀ ਹੌਲੀ ਆ ਰਹੀ ਹੈ। ਤੁਹਾਡਾ ਭਲਾ ਹੋ ਜਾਏ। ਹੁਣ ਅੱਗੇ ਕੀ ਕਰਨਾ, ਕੰਮ ਕੀ ਕਰਨਾ, ਕੰਮ ਦੱਸੋ। ਕੰਮ ਹੀ ਵਿਹਲੇ ਫਿਰਦੇ ਪਏ ਤੇ ਇਲੈਕਸ਼ਨ ਖੜੇ ਹੋ ਗਏ, ਜਿੰਨੇ ਵਿਹਲੇ ਦੇ ਕੰਮ ਸਾਰੇ ਇਲੈਕਸ਼ਨਾਂ ਦੇ ਹੀ ਹੈ। ਅੱਛਾ ਨਹੀਂ ਮਤਲਬ ਕਿ ਉਹ ਕਹਿੰਦੇ ਨਾਲੇ ਦਾ ਐਮਪੀ ਦੀਆਂ ਇਲੈਕਸ਼ਨਾਂ ਤੋਂ ਬਾਅਦ ਕੀ ਕਰਨਾ ਹੈ? ਉਸ ਤੋਂ ਬਾਅਦ ਫਿਲਮਾਂ ਕਰਾਂਗੇ, ਗਾਣੇ ਕਰਾਂਗੇ ਨਵੇਂ ਨਵੇਂ, ਜੇ ਹਾਰ ਗਏ ਤੇ। ਅੱਛਾ ਜਿੱਤ ਗਏ ਤੇ ਫਿਰ ਸਾਰਿਆਂ ਨੂੰ ਅਸੀਂ ਫਿਲਮਾਂ 'ਚ ਲੈ ਕੇ ਜਾਵਾਂਗੇ। ਨਹੀਂ ਫਿਲਮਾਂ 'ਚ ਲੈ ਕੇ ਜਾਣਾ ਕੋਈ, ਨਾਲੇ ਕਹਿੰਦੇ ਸੀਗੇ ਰੁਜ਼ਗਾਰ ਦੇਵਾਂਗੇ, ਪਹਿਲਾਂ ਕਹਿੰਦੇ ਸੀ ਖੁਦ ਰੁਜ਼ਗਾਰ ਦੇਵਾਂਗੇ। ਮੈਨੂੰ ਲਾਲਚ ਕਿਸ ਚੀਜ਼ ਦਾ? ਮੈਂ ਰੁਜ਼ਗਾਰ ਦਊਂਗਾ, ਕੰਮ ਦਊਂਗਾ ਲੋਕਾਂ ਨੂੰ, ਲੋਕਾਂ ਨੂੰ ਤਰੱਕੀ ਦਾ ਸਾਧਨ ਦਊਂਗਾ, ਲੋਕਾਂ ਨੂੰ ਵਿਕਾਸ ਨੂੰ ਅੱਗੇ ਲੈ ਕੇ ਜਾਊਂਗਾ, ਪਰ ਸਮਾਜ ਨੂੰ ਦਿਖਾਊਂਗਾ ਕਿ ਮੈਂ ਮੈਨੂੰ ਕੋਈ ਲਾਲਚ ਨਹੀਂ ਸੀਗਾ, ਮੈਂ ਤੁਹਾਡੀ ਦੇਸ਼ ਦੀ ਸੇਵਾ ਕਰਨ ਵਾਸਤੇ ਆਇਆ। ਨਹੀਂ ਸੇਵਾ ਕਰਨੀ ਹੈ ਵੈਸੇ ਤੇ ਹੈ ਰਾਤਾ? ਨਹੀਂ ਨਹੀਂ ਮੈਂ ਸੇਵਾ ਪੂਰੀ ਕਰਨੀ ਭਾਜੀ, ਪੂਰੀ ਸੇਵਾ ਜੀ। ਨਹੀਂ ਪਹਿਲਾਂ ਜਿਹੜੇ ਚੋਣਾਂ 'ਚ ਲੜੇ ਸੀਗੇ ਤੁਸੀਂ ਉਹਦੇ ਵਿੱਚ ਸੇਵਾ ਕੀਤੀ ਉਦੋਂ? ਨਹੀਂ ਉਦੋਂ ਮੈਂ ਹਾਰ ਗਿਆ ਸੀਗਾ, ਹੁਣ ਮੈਂ ਜਿੱਤੂਗਾ ਜੀ। ਹੁਣ ਜਿੱਤਾਂਗੇ? ਹਾਂਜੀ। ਕਿੱਦਾਂ ਪਤਾ ਲੱਗਦਾ ਵੀ ਜਿੱਤ ਜਾਵਾਂਗੇ ਹੁਣ ਉਹ ਹਾਰ ਜਗੇ ਸੀ? ਲੋਕਾਂ ਦੀ ਆਵਾਜ਼ ਦੱਸਦੀ ਹੈ ਭਾਜੀ, ਲੋਕੀ ਦੱਸਦੇ ਮੈਨੂੰ ਕਿ ਤੂੰ ਜਿੱਤਿਆ ਪਿਆ ਬੰਦਾ। ਨਹੀਂ ਲੋਕ ਤਾਂ ਬਹੁਤ ਕੁਝ ਦੱਸਦੇ ਆ। ਨਹੀਂ ਲੋਕੀ ਕਹਿੰਦੇ ਜਿੱਤਿਆ ਪਿਆ, ਬਾਕੀ ਦੇਖੋ ਲੋਕਾਂ ਦੀ ਮਰਜ਼ੀ ਆ। ਨਹੀਂ ਹੁਣ ਆਪਾਂ ਫਿਰ ਕੀ ਕਿੱਦਾਂ ਚੱਲੀਏ, ਕਿੱਦਾਂ ਵੀ ਮੈਂ ਮੰਨ ਲਵਾਂ ਵੀ ਜਿੱਤ ਗਏ ਤੁਸੀਂ? ਤੁਸੀਂ ਮੇਰੇ ਮੋਟਰਸਾਈਕਲ ਨੂੰ ਦੇਖੋ ਪਹਿਲਾਂ। ਹਾਂਜੀ ਪਾ ਕੇ ਫਿਰ ਮੈਂ ਦੱਸੋ ਮੈਂ ਜਿੱਤ ਸਕਦਾ ਕਿ ਨਹੀਂ। ਅੱਛਾ ਮੋਟਰਸਾਈਕਲ 'ਚ ਕੀ ਹੈ ਜਿਆ? ਮੋਟਰਸਾਈਕਲ ਦੇ 'ਚ ਇਦਾਂ ਦੀ ਆ ਕਿ ਬਸ ਡੀਜ਼ਲ ਪੈਂਦਾ, ਮੀ ਡੂਮ ਪਾ ਦਿੰਦੀ। ਅੱਛਾ ਮੈਂ ਕਿਹਾ ਕਿਤੇ ਡੀਜ਼ਲ ਪੈਂਦਾ ਮੋਟਰਸਾਈਕਲ? ਨਹੀਂ ਨਹੀਂ ਮੋਟਰਸਾਈਕਲ ਤੇ ਪੈਟਰੋਲ ਪੈਂਦਾ ਵਾ, ਪਰ ਉਦਾਂ ਵੈਸੇ ਸਹੀ ਆ, ਉਦਾਂ ਸਹੀ 15-20 ਰੁਪਏ ਪੈਟਰੋਲ ਪਾ ਲਈਦਾ ਤੇ ਜਿੰਨਾ ਕੀ ਗੇੜਾ ਨਿਕਲਦਾ ਉਹਨਾਂ ਕੱਢ ਕੇ ਫਿਰ ਆ ਜਾਈਦਾ। 20 ਰੁਪਏ ਦੇ ਪੈਟਰੋਲ 'ਚ ਜਿੰਨਾ ਗੇੜਾ ਲੱਗ ਨਿਕਲ ਜੇ, ਜਿੰਨਾ ਗੇੜਾ ਨਿਕਲੇ ਨਹੀਂ ਮਤਲਬ ਕਿ ਫਾਇਦਾ ਕੀ ਹੋਇਆ ਵੀ ਗੇੜਾ ਲਗਾਉਣਾ ਹੈ? ਲੋਕਾਂ ਨੂੰ ਦਿਖਾਇਆ ਜਾਂਦਾ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ, ਪਰ ਅਸੀਂ ਫਿਰ ਵੀ ਲੋਕਾਂ ਦੇ ਨਾਲ ਖੜੇ ਆ। ਨਹੀਂ ਉਹ ਕਹਿੰਦੇ ਗਾਣਾ ਗੁਣਾ ਵੀ ਕੱਢਣਾ ਆ ਨਾ, ਗਾਣਾ ਇਲੈਕਸ਼ਨ ਤੇ ਨਹੀਂ ਕੋਈ ਕੱਢਿਆ? ਗਾਣਾ ਇਲੈਕਸ਼ਨ ਤੇ ਨਹੀਂ ਕੱਢਿਆ, ਗਾਣਾ ਕੱਢਣਾ, ਗਾਣਾ ਗਾਣੇ ਦਾ ਨਾਮ ਆ ਇੰਗਲਿਸ਼ ਗਾਣਾ ਰਿਹਾ ਜੀ, ਮੈਂ ਅਮਲੀ ਅਮਲੀ ਐਂਥਮ, ਅਮਲੀ ਐਂਥਮ ਗਾਣਾ ਇੰਗਲਿਸ਼ ਵਿੱਚ। ਅੱਛਾ ਉਹ ਮੇਰਾ ਗਾਣਾ ਪਹਿਲੀ ਤਰੀਕ ਨੂੰ ਪੈ ਰਿਹਾ, ਬੜਾ ਹਿੱਟ ਗਾਣਾ ਚਾਹੀਦਾ। ਨਹੀਂ ਨਾਲੇ ਉਹ ਨਹੀਂ ਇਲੈਕਸ਼ਨਾਂ ਤੇ ਕੱਢਣਾ ਚਾਹੀਦਾ ਜੀ ਤੁਹਾਨੂੰ? ਨਹੀਂ ਇਲੈਕਸ਼ਨਾਂ ਦੇ ਵਿੱਚ ਫਿਰ ਗਾਣੇ ਚੱਲਦੇ ਨੇ ਨਾ, ਫਿਰ ਉਹ ਗਾਣੇ ਸਾਡੇ ਲੋਕਾਂ ਨੇ ਸੁਣਨਾ ਸੀਗਾ ਤੁਹਾਨੂੰ? ਕੋਈ ਨਹੀਂ ਉਹ ਕੱਢ ਦਾਂਗੇ, ਇਲੈਕਸ਼ਨ ਤੋਂ ਕੱਢਾਂਗੇ। ਵੈਸੇ ਜੇ ਦੇਖਿਆ ਜਾਵੇ ਇਲੈਕਸ਼ਨਾਂ ਦੇ ਵਿੱਚ ਮੇਨ ਕੰਮ ਕੀ ਹੁੰਦਾ ਤੁਹਾਨੂੰ ਪਤਾ ਆ? ਮੈਂ ਕੰਮ ਕਰਦਾ ਕਿ ਦੇਖੋ ਲੋਕਾਂ ਦੀ ਸੇਵਾ ਕਰਨੀ, ਦੇਸ਼ ਦੀ ਭਲਾਈ ਕਰਨੀ ਹੈ, ਇਹ ਸਭ ਕੰਮ ਮੇਰੇ ਹੈ। ਮੈਂ ਲੋਕਾਂ ਨੂੰ ਦੇਖੋ ਇਹ ਕਹਿੰਦਾ ਮੈਨੂੰ ਇੱਕ ਮੌਕਾ ਦਿਓ, ਜੇ ਮੈਂ ਨਾ ਕਰ ਸਕਿਆ ਜੁੱਤੀਆਂ ਲਾਲ ਆ ਸੱਚ ਮਾਰੇ ਨੇ। ਲਾਲ ਆ ਕੇ ਕਿਉਂ ਮਾਰਨਗੇ? ਉਦਾਂ ਹੀ ਮਾਰਨਗੇ, ਉਦਾਂ ਮਾਰ ਲੈਣਾ ਤੇ ਇੱਕ ਤਰੀਕਾ ਹੀ ਆ ਦੱਸਿਆ ਮੈਂ, ਕੋਈ ਗਲਤ ਥੋੜੀ ਆ। ਨਹੀਂ ਸਹੀ ਆ। ਵੈਸੇ ਅੱਜ ਜਿਹੜਾ ਕੁੱਟਮਾਰ ਵਾਲਾ ਤੁਹਾਨੂੰ ਬੜੀ ਪੈਂਦੀ ਆ ਨਾ, ਇਹ ਕੀ ਸਿਸਟਮ ਹੈਗਾ? ਦੇਖੋ ਇਹ ਸਭ ਲੀਡਰਾਂ ਦੀ ਚਾਲ ਆ, ਲੀਡਰਾਂ ਦੇ ਬੰਦੇ ਆ ਇਹ, ਲੀਡਰ ਸ਼ਰਾਰਤੀ ਆ, ਇਹ ਸ਼ਰਾਰਤੀ ਲੀਡਰ ਸ਼ਰਾਰਤ ਕਰਾ ਕੇ ਪਿੱਛੇ ਹੋ ਜਾਂਦੇ ਆ ਤੇ ਹੋਰਾਂ ਨੂੰ ਅੱਗੇ ਕਰ ਦਿੰਦੇ ਆ, ਪਰ ਮਹਿਕਮਾ ਬਦਨਾਮ ਹੋ ਜਾਂਦਾ। ਦੇਖੋ ਇੱਕ ਡਰਾਈਵਰ ਇੱਕ ਕਨੈਕਟਰ ਨੇ ਮੈਨੂੰ ਗਾਲਾਂ ਕੱਢੀਆਂ ਪਰ ਮਾਰਿਆ ਵਾ, ਉਹਨਾਂ ਕਰਕੇ ਮੇਰਾ ਗਲਤ ਹੋਇਆ ਸਾਰਾ। ਨਹੀਂ ਤੁਸੀਂ ਪਹਿਲਾਂ ਕਹਿ ਦਿੰਦੇ ਹੋ, ਹੁਣ ਤੁਸੀਂ ਹੁਣੇ ਕਿਹਾ ਨਾ ਵੀ ਮੈਨੂੰ ਕੁਛ ਛਿੱਤਰ ਮਾਰਿਓ, ਜਦੋਂ ਲੋਕ ਮਾਰਦੇ ਆ ਫਿਰ ਤੁਸੀਂ ਕਹਿੰਦੇ ਹੋ ਜਿੱਤਣ ਤੋਂ ਬਾਅਦ ਮਾਰਿਓ ਨਾ, ਜਿੱਤਣ ਤੋਂ ਬਾਅਦ, ਜਿੱਤਣ ਤੋਂ ਬਾਅਦ ਜੇ ਮੈਂ ਨਾ ਕੰਮ ਕਰ ਸਕਾਂ, ਜੇ ਜਲੰਧਰ ਸ਼ਹਿਰ ਨੂੰ ਮੈਂ ਸੋਨੇ ਦੀ ਚਿੜੀ ਨਾ ਬਣਾਤਾ ਤਾਂ ਜਾਓ ਨੀਡੂ ਮੇਰਾ ਨਾਮ ਨਹੀਂ। ਕੀ ਬਾਤ ਹੈ! ਨਹੀਂ ਉਹ ਪਾਰਟੀ ਦਾ ਚੋਣ ਨਿਸ਼ਾਨ ਕੀ ਸੀਗਾ? ਆਟੋ 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 ਰਿਕਸ਼ਾ, ਆਟੋ ਰਿਕਸ਼ਾ ਹੈ ਨਾ, ਤੇ ਬਟਨ ਕਿੰਨਾ? 16 ਨੰਬਰ ਜੀ, 16 ਨੰਬਰ। ਜੇ ਦਬਾ ਦਈਏ ਫਿਰ ਤੁਹਾਨੂੰ ਵੋਟ ਪੈ ਜੂ? ਇੱਕ ਮੋੜ ਲਾ ਕੇ ਵੋਟ, ਨਹੀਂ ਇੱਕ ਬਟਨ ਦਬਾ ਕੇ ਮੈਨੂੰ ਵੋਟ ਪਾਓ ਤੇ ਮੈਂ ਟੈਂਪੂ ਨੂੰ ਆਪਣੇ ਆਟੋ ਰਿਕਸ਼ਾ ਨੂੰ ਕਾਮਯਾਬ ਕਰੂੰ। ਨਹੀਂ ਲੱਗਦਾ ਲੋਕ ਤੁਹਾਨੂੰ ਵੋਟ ਪਾਣਗੇ? ਨਹੀਂ ਲੋਕੀ ਬੜਾ ਪਿਆਰ ਕਰਦੇ, ਸਾਰੀਆਂ ਵੋਟਾਂ ਮੇਰੇ ਕੋਲ ਹੀ, ਮੈਂ ਜਿੱਤਿਆ ਪਿਆ। ਜਿੱਤੇ ਪਏ ਹੋ? ਜੇ ਉਹ ਪਿਛਲੀ ਵਾਰ ਵਾਂਗੂ ਤਾਂ ਨਹੀਂ ਹੋਊਗਾ ਜਦੋਂ? ਨਹੀਂ ਨਹੀਂ ਪਿਛਲੀ ਛੱਡੋ, ਅਗਲੀ ਗੱਲ ਕਰੋ ਤੁਸੀਂ। ਹੁਣ ਨਵੀਆਂ ਦੁਬਾਰਾ ਨਵਾਂ, ਦੇਖੋ ਸਰਕਾਰਾਂ ਨੇ ਕੁਛ ਨਹੀਂ ਕੀਤਾ, ਮੌਜੂਦਾ ਸਰਕਾਰਾਂ ਸਾਰੀਆਂ ਮੁਕਰ ਗਈਆਂ, ਹੁਣ ਇੱਕੋ ਸਰਕਾਰ ਆ। ਕਿਹੜੀ? ਉਹਦਾ ਨਾਮ ਨੀਟੂ ਸ਼ਰਮਾ। ਸਰਕਾਰ ਆ, ਸਰਕਾਰ ਬਣੂਗੀ, ਸਰਕਾਰ ਹੈਗੀ ਆ
ਤੇ ਬਾਕੀ ਹਾਰ ਗਏ ਆ ਬਾਕੀ ਤੇ ਐਵੇਂ ਆ ਬਸ ਆਪਾਂ ਦੇਖੋ ਤੇ ਚੱਲੋ ਨਾਲ ਆ ਕੇ ਦੇਖੋ ਮੇਰਾ ਮੋਟਰਸਾਈਕਲ ਭਾਈ ਸਾਹਿਬ ਆਓ ਚੱਲੀਏ ਚਲੋ ਫਿਰ ਚੱਲਦੇ ਆਪਾਂ ਚਲੋ ਚਲੋ ਆ ਜਾਓ